ਇੱਕ ਰੁਪਿਆ ਵੀ ਦੇਵਾਂਗਾ ਨਹੀਂ ਤੇ ਇੱਕ ਰੁਪਿਆ ਵੀ ਇਹਨਾਂ ਨੂੰ ਕੀ ਹੋਇਆ ਸਾਹਿਬ ਜੀ ਨਹੀਂ ਤੇ ਇੱਕ ਰੁਪਿਆ ਵੀ ਸਾਹਿਬ ਜੀ ਮੇਰੀ ਗੱਲ ਸੁਣੋ ਕਿਉਂ ਨਹੀਂ ਦਿਓਗੇ ਸਾਹਿਬ ਜੀ ਮੇਰਾ ਮਹੀਨਾ ਵਧਾ ਦਿਓ ਯਾਰ ਤਾਂ ਤੇਰਾ ਮਹੀਨਾ 40 ਦਿਨਾਂ ਦਾ 40 ਦਿਨ ਹਾਂ ਇਹ ਮੇਰੇ ਬੁੱਢੇ ਨੇ ਨਾ ਇਹਨੂੰ 1 ਰੁਪਿਆ ਨਹੀਂ ਮੈਂ ਦੇਣਾ ਉਹ ਆਫਟਰ ਆਲ ਸਾਹਿਬ ਜੀ ਉਹ ਤੁਹਾਡੀ ਔਲਾਦ ਹੈ ਤੁਹਾਡੇ ਪੁੱਤਰ ਨੇ ਤੁਸੀਂ ਉਹਨਾਂ ਨੂੰ ਪੈਸੇ ਕਿਉਂ ਨਹੀਂ ਦੇਣੇ ਮੈਂ ਵੀ ਤਾਂ ਤੁਹਾਡਾ ਪੁੱਤਰ ਹਾਂ ਓਏ ਤੂੰ ਵੀ ਮੇਰਾ ਪੁੱਤਰ ਹੈ ਹਾਂ ਇਸ ਗੱਲ ਦਾ ਤੈਨੂੰ ਨਹੀਂ ਪਤਾ ਨਸੀਰ ਦਾ ਮੁੰਡਾ ਨਾ ਹਾਂਜੀ ਹਾਂਜੀ ਫਿਰ ਤੇ ਆਪਣਾ ਹੀ ਹੋਇਆ ਨਾ ਇੱਥੇ ਤੇਰੀ ਮਾਂ ਕੰਮ ਕਰਨ ਡਈ ਸੀ ਹਾਂ ਇੱਥੇ ਤੂੰ ਹੋਇਆ ਇੱਥੇ ਚਵਲ ਟਿੱਕੀਆਂ ਦਾ ਵੀ ਹੋ ਗਿਆ ਤੂੰ ਮੇਰਾ ਪੁੱਤਰ ਹੈ ਅੱਛਾ ਜੀ ਸਹੀ ਗੱਲ ਹੈ ਹਾਂ ਹੋਰ ਸੁਣਾ ਇਹ ਕਿੱਥੇ ਕਿ ਮੇਰਾ ਪੁੱਤਰ ਸੂਰਜ ਸਵਾ ਦੇ ਤੇ ਆ ਗਿਆ ਹਜੇ ਤੱਕ ਸੁੱਤੇ ਨੇ ਹਾਂਜੀ ਸਾਹਿਬ ਜੀ ਆਰਾਮ ਕਰਨ ਦੇ ਨੇ ਇਹ ਆਰਾਮ ਕਰਨ ਦੇ ਨੇ ਹਾਂਜੀ ਮੈਂ ਕੰਮ ਦੇ ਨੇ ਕਰ ਓਏ ਕਾਲੀ ਵੇ ਤੂੰ ਮੇਰੇ ਬੂਟ ਖਾ ਕੇ ਸਰ ਸਰ ਕਰਦਾ ਕਰਦੇ ਕੀ ਗੱਲ ਪਾਪਾ ਕੀ ਗੱਲ ਏ ਪਾਪਾ ਬੰਦਾ ਤੈਨੂੰ ਨਵਿਆ ਪਾਵੇ ਤੇ ਜੁੱਤੀਆਂ ਸ਼ੁਰੂ ਕਰ ਦੇ ਉਹ ਕਿਉਂ ਉਹ ਤੈਨੂੰ ਟਾਈਮ ਵੀ ਪੂਰਾ ਦਿੱਤਾ ਕੀਤਾ ਕੀ ਸ਼ੁਕਰ ਕਰ ਮਾਸ਼ਾਅੱਲਾ ਖੂਬਸੂਰਤ ਹੈ ਤੇਰੇ ਵੀ ਕਈ ਕਈ ਬੁਰੇ ਬੈਠੇ ਨਹੀਂ ਇਹਨੂੰ ਬੰਦਾ ਲਾਂਤੀਆ ਆਪਣੇ ਮਜ਼ੇ ਤੂੰ ਛੁੱਟੀ ਨਹੀਂ ਕੀਤੀ ਸਾਡਾ ਖਾਣਾ ਖਰਾਬ ਕਰਦਾ ਆਪਣੀ ਮਾਂ ਬਚਾਈ ਜਾਣਾ ਸਾਡੀ ਦੇ ਛੋਟੇ ਲਾਈ ਜਾਣਾ ਕਮੀਜ਼ ਕਰ ਤੂੰ ਤਰਾਨਾ ਲਿਖ ਗਿਆ ਮੈਂ ਆਪਣੇ ਵੱਡੇ ਭਰਾ ਨੂੰ ਬੁਲਾਣਾ ਵੱਡੇ ਭਾਏ ਨਾਲ ਆਪੇ ਨੂੰ ਮੈਂ ਮਾਰਨਾ ਗੇ ਓਏ ਮੈਂ ਕਿਹੜੇ ਛੱਡਣਾ ਕੋਈ ਵਕਤ ਹੀ ਨਾ ਰਵੇ ਜਿਆਦਾ ਸਾਡੇ ਸੋਹਣੇ ਪਾਕਿਸਤਾਨ ਦੀ ਖੈਰ ਪਰ ਉਹਨੂੰ ਨਹੀਂ ਛੱਡਣਾ ਇੱਕ ਟਗਾ ਤੇ ਦੇਣਾ ਤੂੰ ਸਟੂਡੀਓ ਪੈਦਾ ਜਾਏਗਾ ਅਗਰ ਖਿਲਾ ਨਹੀਂ ਸਕਤੇ ਤੋ ਜਾਮ ਤੇ ਕਿਉਂ ਹੋ ਕਿਉਂ ਜੇ ਮੈਂ ਕਿਨੇ ਕਿਹਾ ਸੀ ਅੱਧੇ ਦੀ ਰਾਤ ਉੱਠ ਕੇ ਲੁੱਡੋ ਖੇਡੋ ਉਹ ਮੈਂ ਮਸ਼ਵਰਾ ਦਿੱਤਾ ਸੀ ਮੈਂ ਮਸ਼ਵਰਾ ਉਹ ਬਸ ਕਰਦੇ ਸਾਲੇ ਤੇਰਾ ਆਪਣਾ ਅੱਧੇ ਘੰਟੇ ਦਾ ਫਰਕ ਰਹਿ ਗਿਆ ਮੈਂ ਤੁਹਾਨੂੰ ਟਗੜਦਾ ਦੋਨਾਂ ਨੂੰ ਤੁਸੀਂ ਭੁੱਖੇ ਮਰੋਗੇ ਨਹੀਂ ਇਹ ਔਲਾਦ ਜੰਮੀ ਹੈ ਔਲਾਦ ਜੰਮੀ ਕਿ ਆਲੂ ਮੂੰਗਰੇ ਪਕਾਏ ਨੇ ਹੈ ਉਹ ਦੇਖੋ ਅਸੀਂ ਦੋਵੇਂ ਸਕੇ ਭਰਾ ਸਾਡੀਆਂ ਸ਼ਕਲਾਂ ਨਹੀਂ ਮਿਲਦੀਆਂ ਭਲਾ ਕਿਉਂ ਕਿਉਂ ਆਪਣੇ ਆਪਣੇ ਪਿਓ ਤੇ ਗਏ ਆ ਕਿਉਂ ਪਾਪਾ ਨਾ ਬੁੱਤ ਗਏ ਮੈਂ ਦਾਦਾ ਬੁੱਤ ਗਿਆ 1 ਰੁਪਿਆ ਵੀ ਜਾਂਦਾ ਨਾ ਮੈਂ ਕਬਰਾਂ ਤੇ ਲਾਉਣਾ ਹੀ ਆਪਣੀ ਕਬਰਾਂ ਦਾ ਤੁਹਾਡੇ ਤਾਂ ਚੰਗਾ ਤੇ ਸਬਜ਼ੀ ਵਾਲਾ ਸੀ ਕਸਮੇ ਮੈਨੂੰ ਕਹਿੰਦੇ 200 ਰੋਜ਼ ਦਾ ਲਈਦਾ ਮੈਨੂੰ ਪਿਓ ਗਈ ਜਾ ਤੇ ਤੂੰ ਕੀ ਕੀਤਾ ਮੈਂ ਉਹਨੂੰ ਕਹਿ ਕੇ ਮੈਂ ਬਗੈਰ ਦੇ ਫੇਰ 500 ਥੱਲੇ ਗੱਲ ਹੀ ਨਹੀਂ ਹੋਣੀ 500 ਥੱਲੇ ਗੱਲ ਨਹੀਂ ਹੋਣੀ ਤੁਹਾਨੂੰ ਕੀ ਦੱਸਾਂ ਉਹ ਬਸ ਕਰ ਲਿਆ ਬਾਜੀ ਜੋ ਪਾਕਿਸਤਾਨ ਦੇ ਹਾਲਾਤ ਨੇ ਕਿਸਮ ਅਖਬਾਰ ਨੂੰ ਹੱਥ ਨਾਲ ਨੂੰ ਦਿੱਲੀ ਨਹੀਂ ਕਰਦਾ ਦਿੱਲੀ ਨਹੀਂ ਕਰਦਾ ਸਮਝ ਨਹੀਂ ਆਉਂਦੀ ਸਾਡੇ ਸੋਹਣੇ ਵਤਨ ਨੂੰ ਕਿਹਦੀ ਨਜ਼ਰ ਲੱਗ ਗਈ ਹੈ ਅੱਜ ਤੋਂ ਇਹ ਕੀ ਖਬਰ ਹਨ ਕੀ ਸਾਡੇ ਪਿਓ ਦੀ ਲੱਗੀ ਸਾਡੇ ਕੋਲ ਕੋਈ ਖਬਰ ਹੈ ਕੀ ਹੈ ਅਮਰੀਕਾ ਮੈਂ ਇੱਕ ਔਰਤ ਨੇ 12 ਬੱਚੋਂ ਕੋ ਜਨਮ ਦਿਆ ਦਾਈ ਮੌਕੇ ਪੇ ਜਾਂ ਬਾਹਰ ਬੱਚੋਂ ਕਾ ਮਾਮੂ ਬਗੈਰਤ ਗਲੇ ਮੇਂ ਮਫਲਰ ਪਹਿਨ ਕੇ ਘੂਮਤਾ ਹੈ ਔਰ ਕਭੀ ਕਭੀ ਫੇਂਕ ਵੀ ਦੇਤਾ ਹੈ ਉਠਾ ਵੀ ਲੈਂਦਾ ਹੈ ਸਾਰਾ ਕੁਛ ਲਿਖਿਆ ਹੈ ਆ ਦੇਖੋ ਲਿਖਿਆ ਓਏ ਹੋਏ ਇਹ ਕਿਹੜੀ ਖਬਰ ਲਿਖੀ ਹੈ ਓਏ ਫੈਸਲਾ ਬਾਦ ਕੀ ਕਪੜੇ ਕੀ ਮਿਲ ਕਾ ਮਾਲਕ ਨਿੱਜੀ ਹੋਟਲ ਮੇਂ ਕਪੜੋਂ ਕੇ ਬਗੈਰ ਪਕੜਾ ਗਿਆ ਇਹ ਦੇਖੋ ਵੱਡੀ ਵੱਡੀ ਖਬਰ ਹੈ ਅੱਛਾ ਹਾਂਜੀ ਕੋ ਘਰ ਦਾ ਵਾਕਿਆ ਛਪ ਗਿਆ ਨਿਕਲ ਗਈ
ਕੀ ਹੈ ਮੈਨੂੰ ਪੜਨਾ ਨਹੀਂ ਆਉਂਦਾ ਵੱਡੇ ਭਾਈ ਨੂੰ ਇਹ ਖਬਰ ਵੇਖੋ ਕੈਸੀ ਹੈ ਕਿਹੜੀ ਸਾਡੀ ਫੁੱਫੀ ਫੇਰ ਨਿਕਲ ਗਈ ਉਹ ਫੁੱਫੀਆਂ ਦੀ ਹੈਰ ਜਿਹਦੀ ਭੈਣ ਨਿਕਲੀ ਉਹ ਸੋਚੇ ਓਏ ਕੀ ਹੋਇਆ ਬੱਸ ਦੇ ਥੱਲੇ ਆ ਕੇ 10 ਬੰਦੇ ਮਰ ਗਏ ਅੱਬਾ ਜੀ ਅਖਬਾਰ ਪੁੱਠਾ ਫੜਿਆ ਬੰਦੇ ਬੱਸ ਦੀ ਛੱਤ ਤੇ ਬੈਠੇ ਆ ਇਹਦੀ ਮੱਤ ਮਾਰੇਗੀ ਮੈਂ ਤੇ ਕਹਿੰਦਾ ਚਪੇੜ ਮਾਰ ਓਏ ਇਹ ਦੀ ਖਬਰ ਬਣੀ ਕਿਹੜਾ ਮੇਰੀ ਬਹਿਨ ਨਰਗਸ ਸੇ ਅੱਛਾ ਨਾਸ਼ਤੀ ਹੈ ਨੌਕਰ ਕਾ ਦਾਵਾ ਨੌਕਰ ਕਾ ਦਾਵਾ ਮੈਂ ਤੇ ਨਹੀਂ ਛਾਪਿਆ ਵਾਹ ਜੀ ਵਾਹ ਕੀ दानिश मर गया गैरत वाला सी गंजे का बाप अभी भी जिंदा है ओया बड़ी महंगाई की इंतहा नरगस की सीढ़ी 25 रुपए और टमाटर 500 रुपए किलो यार की बनेगा ऐ खबर ही बड़ी है बड़ी मैं अपनी कार की डिग्गी में स्टेपनी नहीं सेरा रखता हूँ इमरान खान मरीद के में दो खुसरों ने शराब पी के अपना ही मुजरा खराब कर लिया एक खुसरे का मुंह काला हो गया और एक सर से गंजा हो गया नहीं भाई पंजे गंजे बराबर नहीं होंगे बेटे मैं तुम्हें सरप्राइज देंगा कि मैं तेरा सरप्राइज दियांगा तू मेरा पुत्र है सिर्फ तू मेरा पुत्र है तो मैं तेरा अपा ना साता प्यो ते पुत्रा नु जफे हलवा ओए बाबा ओए प्यो साडा ओए कोई प्यो साडा प्यो साडा कोई प्यो नहीं साडी मां दा वाक वे मैं मार के तेन गोल कर देना मैं तेन सरप्राइज देंगा बस मैं फैसला कर लिया चलो चाप ए फड़ो ए फड़ो सैला माफ करे हां जी लोकां दे घर औलाद होण वाली हुंदी मां सोनिया सोनिया फोटोआं क्यों वेखदी है इस वास्ते इक बच्चा खूबसूरत पैदा होवे ते तेरी तेरी मां की नियोलियां दी लड़ाई वेखदी रही है क्यों तेरा एडा भैड़ा मुंह है ओ मां पियो तो चोरी जमण वाले आ मिन्नू किन्नियां गल्लां करन दे है उधर सदा दे जरा ओ ते प्यार करन आए ने ओ सदा करन आए मजदूर दीवार बना दीवार बना के उ जाके सूत्र लमका थले लोहे का लाटू लगा होता है उस लाटू वर्गा मुंह है तेरा देख ला ला कभी वाशरूम च बच्चे नु बैठा वेख्या होगा हां जी हां जी हां जी अगो तो समझदार है जनाब गरीब आदमी आंडे बेचना आंडे नहीं बिकन दे आंडा ले लो आंडा हां जी हां किन्ने दा आंडा आंडा 60 रुपए दा जी आंडा 60 रुपए दा क्यों भाई जनाब ये आंडा कुकड़ी दा नहीं ना कुकड़ी दी भैन दा कुकड़ी मेरे को मामूली आंडे नहीं मैं कोई आम आंडे बेचना दा नहीं मेरा दवाबा दादा नवाब हुंदा सी अच्छा दादा तेरा नवाब है हां जी केड़ा नवाब है नवाब दे आंडे वाला अब्बा जी अमेरिका हुंदे अच्छा उथे की करदे ने व्हाइट हाउस दे बाहर आंडे बेचदे बड़ा प्राण इंजीनियर आ अच्छा ਉਹ ਮੁਰਗੀ ਖਾਨੇ ਛੋਟੇ ਆਂਡੇ ਤੇ ਵੱਡੇ ਆਂਡੇ ਵੱਖਰੇ ਵੱਖਰੇ ਕਰਦਾ ਮੈਂ ਜਨਾਬ ਕੋਈ ਆਮ ਆਂਡੇ ਵੇਚ ਲਾਣਾ ਨਹੀਂ ਮੇਰੇ ਆਂਡਿਆਂ ਦੇ ਬਾਰੇ ਵੱਡੇ ਵੱਡੇ ਸ਼ਾਇਰਾਂ ਨੇ ਕਿਹਾ ਕੀ ਇਹ ਆਂਡੇ ਉਸੇ ਕਹਿ ਦੋ ਕਹੀਂ ਹੋਰ ਜਾ ਕੇ ਬਰਸੇ ਗਿੱਲੀ ਹਮਾਰੀ ਹਾਂਡੀ ਹੈ ਆਂਡੇ ਤਿਲਕ ਜਾਂਦੇ ਹੈ ਆਹਾਂ ਇੱਕ ਸ਼ਰਾਬੀ ਸ਼ਾਇਰ ਨੇ ਮੇਰੇ ਆਂਡਿਆਂ ਬਾਰੇ ਕਿਹਾ ਕੀ ਇਹ ਆਂਡੇ ਉਸੇ ਕਹਿ ਦੋ ਕਹੀਂ ਹੋਰ ਜਾ ਕੇ ਬਰਸੇ ਹਾਂ ਮੈਂ ਕਾਂਡੇ ਸੇ ਜੋ ਮੈਂ ਨਿਕਲਾ ਕੱਚੇ ਆਂਡੇ ਪੀ ਕਰ ਨੋ ਸਾਰੀ ਰਾਤ ਮੇਰੇ ਡੱਡ ਮੇ ਕਹੂੰਗਾ ਹੁੰਦੀ ਨਹੀਂ ਕੌਮ ਜਦ ਮੈਂ ਨਹੀਂ ਗਿਆ
ਉਹ ਸਾਲਿਆ ਕਿਸ ਕਿਸਮ ਦੇ ਸ਼ੇਰ ਕਰਨ ਦੇ ਪੁੱਛਾ ਜਿਹਾ ਸ਼ੇਰ ਸੁਣਾ ਚਾ ਸ਼ੇਰ ਸੁਣਨ ਦੀ ਪੜਾ ਆਓ ਕਰੋ ਹੋ 100 ਅੰਡੇ ਰੋਜ਼ ਲੈ ਆਈਦੇ ਨੇ ਅੱਛਾ 98 ਵੇਚ ਲਈ 2 ਅੰਡੇ ਮੈਂ ਬਚਾ ਲੈਣਾ ਇਹ 2 ਅੰਡੇ ਕੱਲ ਹੀ ਬਚਾ ਲੈਣਾ ਮਿਸਾਲ ਦੇ ਤੌਰ ਤੇ ਆਹ ਅੰਡਾ ਮੇਰੇ ਅੱਬੇ ਦਾ ਅੱਛਾ ਤੋ ਇਹ ਇਹ ਅੰਡਾ ਤੇਰੇ ਅੱਬੇ ਦਾ ਹਾਂਜੀ ਅੱਬਾ ਜੀ ਦਾ ਸੱਜਾ ਅੰਡਾ ਜੀ ਸੱਜਾ ਜੀ ਯਾਨੀ ਕਿ ਤੋੜਦਾ ਹੀ ਜ਼ਾਲਮਾ ਕਹਿਣ ਦਾ ਮਤਲਬ ਬਾਬਾ ਜੀ ਹਲਵਾਈ ਨੇ ਹਲਵੇ ਦਾ ਕੰਮ ਕਰਦੇ ਜਦੋਂ ਆਪਾਂ ਜੀ ਹਲਵਾ ਪਕਾ ਲੈਂਦੇ ਨਾ ਉੱਤੇ ਸਜਾ ਕੇ ਆਂਡੇ ਲਾਂਦੇ ਨੇ ਤੇ ਸਾਲੇ ਆਪੀ ਗੱਲ ਪਹਿਲੇ ਕਰ ਹੈ ਅੱਬੇ ਦਾ ਅੰਡਾ ਅੱਜ ਫੜੋ ਹਾਂ ਤੁਸੀਂ ਕਿਸਮਤ ਵਾਲੇ ਹੋ ਜਿਨੇ ਮੇਰੇ ਅੱਬੇ ਦਾ ਅੰਡਾ ਫੜਿਆ ਫੜਿਆ ਕੌਣ ਹੈ ਤੂੰ ਜਨਾਬ ਆਂਡੇ ਵੇਚਣਾ ਮੈਂ ਗਰੀਬ ਆਦਮੀ ਆਂਡੇ ਵੇਖਦੇ ਨਹੀਂ ਸੀ ਵੇ ਮੈਂ ਕਿਹਾ ਲੋਕਾਂ ਦੇ ਘਰਾਂ ਜਾ ਕੇ ਵੇਚ ਲਈ ਆਂਡੇ ਜਨਾਬ ਅੱਛਾ ਇਹ ਅੰਡਾ ਅੱਬਾ ਜੀ ਦਾ ਹੋ ਗਿਆ ਹਾਂ ਇਹ ਆਹ ਅੰਡਾ ਕੁੱਕੜੀ ਦੀ ਭੈਣ ਦਾ ਜੀ ਕੁੱਕੜੀ ਦੀ ਭੈਣ ਓਏ ਆਂਡਾ ਅੱਬਾ ਜੀ ਦਾ ਕੁੱਕੜੀ ਦੀ ਭੈਣ ਦਾ ਆਂਡਾ ਜਨਾਬ ਕੁਛ ਸਹੀ ਤਰ੍ਹਾਂ ਦੱਸੋ ਗੰਦੇ ਆਂਡੇ ਆ ਜਨਾਬ ਇਹਨਾਂ ਆਂਡਿਆਂ ਬਾਰੇ ਵੱਡੇ ਵੱਡੇ ਲੋਕਾਂ ਨੇ ਕਿਹਾ ਕੀ ਕਿਹਾ ਤੇਰਾ ਬਸ ਭਰ ਲੈਂਦੇ ਕੋਈ ਗੱਲ ਨਹੀਂ ਤੇਰਾ ਬਹਿ ਲੈਂਦੇ ਬੱਬਰ ਸ਼ੇਰਾਂ ਨੂੰ ਸਿਆਣੇ ਕਹਿੰਦੇ ਚੀਤਾ ਹੋ ਜਾਂ ਪਾਂਡਾ ਆਓ ਚੀਤਾ ਹੋ ਜਾਂ ਪਾਂਡਾ ਚੀਤਾ ਹੋ ਜਾਂ ਪਾਂਡਾ ਛੋਟੀ ਹੋ ਜਾਂ ਆਂਡਾ ਛੋਟੀ ਹੋ ਜਾਂ ਆਂਡਾ ਦਿਲ ਹੋ ਜਾਂ ਆਂਡਾ ਦਿਲ ਹੋ ਜਾਂ ਆਂਡਾ ਟੁੱਟ ਜਾਂਦਾ ਹੈ ਟੁੱਟ ਜਾਂਦਾ ਜਨਾਬ ਮੈਂ ਨਹੀਂ ਕਿਹਾ ਸ਼ਾਇਦ ਲੋਕ ਕਹਿੰਦੇ ਨੇ ਅੱਛਾ ਤੇ ਤੁਹਾਡੇ ਪਾਸ ਇੱਕ ਸ਼ਾਇਦ ਤੁਹਾਡੇ ਬਾਰੇ ਵੀ ਕਿਹਾ ਬੈਠੋ 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 ਲੈ ਜਾਓ ਠਹਿਰ ਜਾ ਜਰਾ ਲੈ ਜਾਓ ਬੈ ਜਾਓ ਬੈ ਲੈ ਜਾਓ ਚਾਚਾ ਜੀ ਬੈਠ ਜਾਓ ਸਿਧਾਰੇ ਬੱਬਰ ਸ਼ੇਰ ਜਿੱਥੇ ਮਰਦੀ ਬੈ ਜਾਓ ਸਾਰੀ ਦੌਲਤ ਜੀ ਚੱਲ ਗਈਆਂ ਆ ਪਿਛਲੀਆਂ ਦੌਲਤ ਜੀ ਜਾਣੀਆਂ ਤੇ ਅਗਲੀਆਂ ਪੰਜ ਸੱਤ ਤੁਹਾਡੇ ਵੱਲ ਜਾਣੀਆਂ ਸਾਡੇ ਮੈਂ ਨਹੀਂ ਕਿਹਾ ਜਨਾਬ ਆਂਡਿਆਂ ਨੇ ਕਿਹਾ ਠੀਕ ਹੈ ਸਾਡੇ ਬਾਰੇ ਇੱਕ ਸ਼ਾਇਰ ਨੇ ਕਿਹਾ ਕੀ ਸਾਰੀ ਦੁਨੀਆ ਦੇ ਸੋਹਣੇ ਇੱਕ ਪਾਸੇ ਮੈਨੂੰ ਸੋਹਣਾ ਲੱਗਣਾ ਤੂੰ ਮਾਈਆ ਫਿੱਟੇ ਮੂੰਹ ਮਾਈਆ ਸ਼ਾਇਰ ਨੇ ਕਿਹਾ ਜਨਾਬ ਮੈਂ ਹੁਣ ਜੇ ਗੰਦੀਆਂ ਗੱਲਾਂ ਨਹੀਂ ਕਹਿ ਸਕਦਾ ਅੱਛਾ ਜੀ ਓ ਸ਼ੇਰ ਸੁਣਾ ਨਾ ਕੋਈ ਸ਼ੇਰ ਅੱਛਾ ਜਿਹਾ ਸੁਣਾ ਸ਼ੇਰ ਇਹਨਾਂ ਸੁਣਾ ਬਾਬਾ ਬੁੱਲੇ ਸ਼ਾਹ ਸਰਕਾਰ ਦਾ ਬਾਬਾ ਬੁੱਲੇ ਸ਼ਾਹ ਸਰਕਾਰ ਕੀ ਫਰਮਾਉਂਦੇ ਨੇ ਕਿ ਪੜ ਪੜੀ ਰੁਕਤੀਆਂ ਕਿਤਾਬਾਂ ਪੜ ਪੜੀ ਰੁਕਤੀਆਂ ਕਿਤਾਬਾਂ ਨਾ ਰੱਖ ਲਿਆ ਇਹ ਕਾਜ਼ੀ ਮੱਕਾ ਮਦੀਨਾ ਤੂੰ ਫਿਰ ਆਏ ਨਾ ਰੱਖ ਲਿਆ ਹਾਜੀ ਹੱਥ ਵਿੱਚ ਫੜ ਤਲਵਾਰਾਂ ਨਾ ਰੱਖ ਲਿਆ ਕਾਜ਼ੀ ਜੱਬ ਲਿਆ ਤੂੰ ਕੀ ਕੀਤਾ ਜੇ ਯਾਦ ਨਾ ਰੱਖਿਆ ਰਾਜ਼ੀ ਮੈਂ ਜਨਾਬ ਆਪਣਾ ਸ਼ੇਰ ਕਸ਼ਮੀਰ ਤੇ ਸੁਣਾਵਾਂਗਾ ਕਿਉਂਕਿ ਮੈਂ ਪਾਕਿਸਤਾਨੀ ਆ ਭਾਵੇਂ ਆਂਡੇ ਵੇਚਣ ਵਾਲਾ ਤੇ ਸਾਡੇ ਕਸ਼ਮੀਰੀ ਭਰਾਵਾਂ ਤੇ ਆਇਆ ਲੰਘਿਆ ਅੱਗੇ ਲੰਘਿਆ ਮਹਿਸੂਸ ਨਹੀਂ ਹੋਇਆ